ਭਿੱਖੀਵਿੰਡ ਦੇ ਖਾਲੜਾ ਰੋਡ ਤੇ ਦਾਣਾ ਮੰਡੀ ਵਿੱਚ ਅੱਜ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਸੁਰਿੰਦਰ ਕੁਮਾਰ ASI ਵੱਲੋਂ ਇਸ ਲਾਸ਼ ਦੀ ਪੁਸ਼ਟੀ ਕੀਤੀ ਗਈ। ਇਸ ਲਾਸ਼ ਦੀ ਕੋਈ ਵੀ ਸ਼ਨਾਖਤ ਨਹੀਂ ਹੋ ਸਕੀ। ਇਸ ਵਿਅਕਤੀ ਦੀ ਉਮਰ 55 ਤੋਂ 60 ਸਾਲ ਦੱਸੀ ਜਾ ਰਹੀ ਹੈ। ਥਾਣਾ ਭਿੱਖੀਵਿੰਡ ਨੇ ਇਸ ਨੂੰ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਪੱਟੀ ਭੇਜ ਦਿੱਤਾ ਹੈ। ਪੰਜਾਬ ਨਿਊਜ਼ ਚੈਨਲ ਲਈ ਪੱਤਰਕਾਰ ਕਮਲਜੀਤ ਭਿੱਖੀਵਿੰਡ ਦੀ ਰਿਪੋਰਟ। ਕੀ ਹੈਗਾ ਜੀ ਸਰ? ਅੱਜ 9:30 ਵਜੇ ਮੈਂ ਸਾਥੀ ਕਰਮਚਾਰੀਆਂ ਦੇ ਨਾਲ ਚੌਂਕ ਭਿੱਖੀਵਿੰਡ ਖੜ੍ਹੇ ਹਾਂ। ਇੱਕ ਸਰਨ ਸਿੰਘ ਮੈਂਬਰ ਪੰਚਾਇਤ ਦੀ ਸਾਨੂੰ ਆਇਆ ਮਿਲਿਆ, ਜਿਹਨੇ ਕਿਹਾ ਵੀ ਇੱਕ ਡੈੱਡ ਬਾਡੀ ਪਈ ਆ ਅਤੇ ਮਾਲ ਮੰਡੀ ਦੇ ਅਤੇ ਦਾਣਾ ਮੰਡੀ ਦੇ ਵਿੱਚ। ਅਤੇ ਫਿਰ ਅਸੀਂ ਜਾ ਕੇ ਗਏ ਅਤੇ ਜਾ ਕੇ ਵੇਖਿਆ ਅਤੇ ਇੱਕ ਨਾਮਲੂ ਵਿਅਕਤੀ ਸੀਗਾ ਜਿਹਦੀ ਡੈੱਡ ਬਾਡੀ ਸੀ। 55 ਸਾਲ ਦੀ ਉਹਦੀ ਉਮਰ ਆ ਅਤੇ ਨਾ ਤਾਂ ਨਹੀਂ ਤਸਦੀਕ ਹੋਇਆ, ਨਾ ਹੀ ਉਹਦੇ ਪੁੱਛ ਕੋਈ ਆਈਡੈਂਟੀਫਾਈ ਕਾਗਜ਼ ਨਿਕਲਿਆ ਵਾ, ਨਾ ਹੀ ਕੋਈ ਆਧਾਰ ਕਾਰਡ ਨਿਕਲਿਆ ਵਾ, ਕੋਈ ਵੀ ਸ਼ਨਾਖਤੀ ਕਾਰਡ ਇਹੋ ਜਿਹਾ ਨਹੀਂ ਨਿਕਲਿਆ। ਫਿਰ ਵੀ ਲੋਕਾਂ ਨੂੰ ਆਮ ਜਾਂਦੀ ਪਬਲਿਕ ਨੂੰ ਅਸੀਂ ਰਾਹ ਦੇ ਸ਼ਨਾਖਤ ਕਰਾਈ ਪਰ ਕਿਸੇ ਨੇ ਸ਼ਨਾਖਤ ਨਹੀਂ ਕੀਤੀ। ਜੋ ਹੁਣ ਮੀਡੀਆ ਵਾਲਿਆਂ ਨੂੰ ਜਾਂ ਸਾਰਿਆਂ ਪ੍ਰੈਸ ਵਾਲੇ ਵੀਰਾਂ ਨੂੰ ਆ ਕੇ ਇਹਦੀ ਫੋਟੋ ਭੇਜ ਦਿੱਤੀ ਗਈ ਆ, ਹੁਣ ਫਾਸਟ ਇਹਦੇ ਵਿੱਚ ਚਲਾ ਦਿੰਦੇ ਹਾਂ ਅਤੇ ਸ਼ਨਾਖਤ ਕਰਕੇ ਅਤੇ 72 ਘੰਟੇ ਬਾਅਦ ਇਹਦਾ ਪੋਸਟਮਾਰਟਮ ਕਰਾਵਾਂਗੇ। ਜੇ ਕੋਈ ਵਾਰਸ ਹੋ ਕੇ ਆਜੂਗਾ ਅਖਬਾਰ ਫੜ ਕੇ ਆਜੂ ਅਤੇ ਹਵਾਲੇ ਕਰ ਦਿੱਤਾਂਗੇ। ਇਸ ਹਾਲ ਦੀ ਘੜੀ 134 CRPC ਕਰ ਦਿੱਤੀ। ਸਰ ਕੋਈ ਪਤਾ ਲੱਗ ਸਕਿਆ ਕਿ ਮੌਤ ਕਿੱਦਾਂ ਹੋਈ ਹੈ? ਨਹੀਂ ਅਜੇ ਦੀ ਕੋਈ ਪਤਾ ਲੱਗਾ ਜੀ, ਹੁਣ ਪੋਸਟਮਾਰਟਮ ਅਸੀਂ ਭੇਜਾਂਗੇ ਤਾਂ ਪਤਾ ਲੱਗੂਗਾ ਜੀ ਹਾਲ ਦੀ ਘੜੀ। ਕੋਈ ਇਹਦੇ ਤਾਂ ਸਿਰ ਦੇ ਵਿੱਚ ਕੋਈ ਜਿਵੇਂ ਕੰਧ ਟੱਪਣ ਲੱਗਿਆ, ਕੋਈ ਬਜ਼ੁਰਗ ਡਿੱਗ ਪੈਂਦਾ, ਇਸ ਤਰ੍ਹਾਂ ਦੀ ਸੱਟ ਸੀਗੀ ਉਂਗਲੀ ਜੀ, ਬਾਕੀ ਹੋਰ ਸਰੀਰ 'ਤੇ ਕੋਈ ਸੱਟ ਨਹੀਂ ਸੀ।